ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੰਘ, ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ ਟ੍ਰੀ ਇੰਸਟੀਟਿਊਟ ਆਫ ਆਰਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਦੋਸਤੋ, ਅੱਜ ਇਹ ਸਵੇਰ ਦੀ ਮੇਰੀ 7ਵੀਂ ਵੀਡੀਓ ਹੈ ਕਿ ਮੈਂ ਸਭ ਬੱਚਿਆਂ ਦੀ ਵੀਡੀਓਜ਼ ਤਿਆਰ ਕਰਵਾ ਕੇ ਉਸ ਤੋਂ ਬਾਅਦ ਬੱਚੇ ਯਾਨੀ ਕਿ ਮੈਂ ਉਹਦਾ ਲੱਗਾ ਹੋਇਆ ਮੈਂ ਆਲਰੇਡੀ ਯਾਨੀ ਕਿ ਕਾਫੀ ਬੱਚੇ ਜਿਹੜੇ ਹੈਗੇ ਆ ਪਾਸਪੋਰਟ ਰਿਸੀਵ ਕਰਕੇ ਉਹਦਾ ਜਾ ਚੁੱਕੇ ਹੈਗੇ ਆ, ਅਤੇ ਆਲਰੇਡੀ ਹੁਣ ਹਜੇ 3-4 ਬੱਚੇ ਹੋਰ ਬੈਠੇ ਹੋਏ ਹੈਗੇ, ਉਹਨਾਂ ਸਭ ਦੀਆਂ ਵੀਡੀਓਜ਼ ਬਣਾ ਕੇ ਅਸੀਂ ਲਗਾਤਾਰ ਕੰਟੀਨਿਊਸਲੀ ਅਪਲੋਡ ਕਰ ਰਹੇ ਹੈਗੇ ਹਾਂ ਤਾਂ ਕਿ ਤੁਹਾਡੇ ਤੱਕ ਉਹ ਸਾਰੀ ਇਨਫੋਰਮੇਸ਼ਨ ਪਹੁੰਚ ਸਕੇ ਜਿਹੜੀਆਂ ਅਚੀਵਮੈਂਟਸ ਇੰਗਲਿਸ਼ ਟ੍ਰੀ ਇੰਸਟੀਟਿਊਟ ਅਚੀਵ ਕਰ ਰਹੇ ਹੈ। ਜਿਵੇਂ ਕਿ ਤੁਸੀਂ ਦੇਖਿਆ ਹੈਗਾ ਵਾ, ਕਾਫੀ ਸਾਰੇ ਬੱਚੇ ਯਾਨੀ ਕਿ ਅਸੀਂ ਇਸ ਗੱਲ ਦੇ ਸ਼ੁਕਰਗੁਜ਼ਾਰ ਹੈਗੇ ਹਾਂ ਪਰਮਾਤਮਾ ਦੇ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਕੁ ਸਮਤ ਬਖਸ਼ਿਆ ਹੋਇਆ ਵਾ ਕਿ ਜਿੰਨੇ ਵੀ ਬੱਚੇ ਸਾਡੇ ਕੋਲ ਆ ਰਹੇ ਹੈਗੇ ਆ ਸਭ ਦੇ ਸੁਪਨੇ ਸਾਕਾਰ ਹੋ ਰਹੇ ਆ। ਮਹਾਰਾਜ ਦੀ ਮਿਹਰ ਹੈਗੀ ਆ, ਉਹਨਾਂ ਦੇ ਸਿਰ 'ਤੇ ਸਾਰਾ ਕੁਝ ਚੱਲ ਰਿਹਾ ਹੈਗਾ ਵਾ। ਹੁਣ ਜਿਹੜਾ ਬੱਚਾ ਮੇਰੇ ਕੋਲ ਬੈਠਾ ਹੋਇਆ ਹੈਗਾ ਵਾ, ਬੱਚੇ ਦਾ ਨਾਮ ਹੈਗਾ ਸੁਖਵੀਰ ਸਿੰਘ, ਜੋ ਕਿ ਰਾਜਸਥਾਨ ਨੂੰ ਬਿਲੋਂਗ ਕਰਦੇ ਆ। ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਅਸੀਂ ਸਿਰਫ ਪੰਜਾਬ ਦੇ ਜਾਂ ਮੋਗਾ ਦੇ ਜਾਂ ਮੋਗਾ ਦੇ ਆਸ ਪਾਸ ਦੇ ਸ਼ਹਿਰ ਦੇ ਬੱਚਿਆਂ ਦੇ ਨਹੀਂ, ਇਹ ਸਾਡੇ ਕੋਲ ਫਸਟ ਕਲਾਇੰਟ ਆਏ ਸੀਗੇ, ਹੋਰ ਵੀ ਕਲਾਇੰਟਸ ਬਹੁਤ ਆਏ ਹੈਗੇ ਸਾਡੇ ਕੋਲ ਇਸ ਵਾਰ, ਜਿਹੜੇ ਕਿ ਰੁਦਰਪੁਰ ਤੋਂ ਸੀਗੇ, ਕੁਛ ਸਾਡੇ ਕੋਲ ਕਲਾਇੰਟਸ ਜਿਹੜੇ ਕਿ ਕੁਰੂਕਸ਼ੇਤਰਾ, ਅੰਬਾਲਾ, ਦਿੱਲੀ ਤੋਂ ਵੀ ਸਾਡੇ ਕੋਲ ਕਲਾਇੰਟਸ ਕਾਫੀ ਆਏ ਆ ਇਸ ਵਾਰ। ਅਤੇ ਸਾਡੇ ਲਈ ਖੁਸ਼ ਨਸੀਬੀ ਦੀ ਗੱਲ ਹੈਗੀ ਹੈ ਕਿ ਸਾਡੇ ਕੋਲ ਇੰਨੀ ਦੂਰ ਤੋਂ ਲੋਕ ਟਰੱਸਟ ਕਰਕੇ ਆ ਰਹੇ, ਅਤੇ ਜਦੋਂ ਅਸੀਂ ਉਹਨਾਂ ਦੇ ਸੁਪਨੇ ਸਾਕਾਰ ਕਰਦੇ ਹੈਗੇ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈਗੀ। ਸੋ ਮੇਰੇ ਕੋਲ ਸੁਖਵੀਰ ਸਿੰਘ ਜੋ ਕਿ ਰਾਜਸਥਾਨ ਤੋਂ ਆਏ ਸੀਗੇ, ਉਹਨਾਂ ਨੂੰ ਉੱਥੇ ਕੋਈ ਵੀ ਕੰਸਲਟੈਂਟ ਸੀਗਾ ਉਹਨਾਂ ਨੂੰ, ਲਾਈਕ ਇਹਨਾਂ ਨੇ ਕਾਫੀ ਉਹਦਾ ਟਾਈਮ ਵੀ ਖਰਾਬ ਕੀਤਾ ਕਿਉਂਕਿ ਇਹਨਾਂ ਨੇ 3-4 ਮਹੀਨੇ ਦਾ ਵੈਸੇ ਹੀ ਇਹ ਯਾਨੀ ਕਿ ਆਫਰ ਲੈਟਰ ਨੂੰ ਉਡੀਕਦੇ ਰਹਿ ਗਏ ਕਿ ਮੇਰੀ ਸ਼ਾਇਦ ਆਫਰ ਲੈਟਰ ਹੁਣ ਵੀ ਆਏਗੀ, ਹੁਣ ਵੀ ਆਏਗੀ, ਬਟ ਉਹਨਾਂ ਦੀ ਆਫਰ ਲੈਟਰ ਨਹੀਂ ਆਈ ਸੀਗੀ। ਬਟ ਜਦੋਂ ਮੇਰੇ ਕੋਲ ਆਏ ਆ ਅਤੇ ਇਹਨਾਂ ਨੂੰ ਅਸੀਂ ਆਫਰ ਲੈਟਰ ਵੀ ਵਿਦਿਨ 3-4 ਡੇਜ਼ ਪ੍ਰੋਵਾਈਡ ਕਰ ਦਿੱਤੀ, ਅਤੇ ਅੱਜ ਉਹਨਾਂ ਨੂੰ ਵੀਜ਼ਾ ਵੀ ਜਿਹੜਾ ਹੈਗਾ ਉਹਨਾਂ ਦਾ ਰਿਸੀਵ ਹੋ ਚੁੱਕਾ ਹੈਗਾ। ਸੋ ਇਹ ਖੁਸ਼ੀ ਜਦੋਂ ਬੱਚਿਆਂ ਨੂੰ ਮਿਲਦੀ ਹੈਗੀ ਆ, ਅਤੇ ਬੱਚਿਆਂ ਦੇ ਯਾਨੀ ਕਿ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਦੇ ਸਾਰਾ ਕੁਛ ਹੀ ਰੰਗ ਬਿਰੰਗੇ ਨਿਆਰੇ ਹੋ ਜਾਂਦੇ ਹੈਗੇ ਆ, ਕਿਉਂਕਿ ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਹੁਣ ਮੈਂ ਕੈਨੇਡਾ ਚੱਲਿਆ ਵਾ, ਅਤੇ ਕੈਨੇਡਾ ਦਾ ਨਾਮ ਸੁਣ ਕੇ ਤਾਂ ਵੈਸੇ ਹੀ ਸਾਰੇ ਮੁਰਝਾਏ ਹੋਏ ਫੁੱਲ ਵੀ ਜਿਹੜੇ ਕਿ ਹੁੰਦੇ ਖਿਲ ਜਾਂਦੇ ਹੈਗੇ ਆ। ਅਤੇ ਸਾਡੇ ਬਹੁਤ ਸਾਰੇ ਬੱਚੇ ਇਸ ਵਕਤ ਪੰਜਾਬ ਦੇ ਵਿੱਚ ਬੈਠੇ ਹੋਏ ਆ ਜਿਹੜੇ ਥੋੜ੍ਹੇ ਮੁਰਝਾਏ ਹੋਏ ਆ, ਨਿਰਾਸ਼ ਬੈਠੇ ਹੈਗੇ ਆ ਕਿ ਪਤਾ ਨਹੀਂ ਸਾਡਾ 6 ≤ 515 ਜਾਂ ਫਿਰ 50% ਮਾਰਕਸ ਦੇ ਨਾਲ ਅਸੀਂ ਪਤਾ ਨਹੀਂ ਕੈਨੇਡਾ ਜਾ ਸਕਦੇ ਜਾਂ ਨਹੀਂ ਜਾ ਸਕਦੇ ਗੇ। ਤਾਂ ਅਸੀਂ ਇਹੀ ਕਹਾਂਗੇ ਕਿ ਤੁਸੀਂ ਜਾ ਸਕਦੇ ਆ, ਬਿਲਕੁਲ ਜਾ ਸਕਦੇ ਆ, ਤੁਸੀਂ ਇੰਗਲਿਸ਼ ਟ੍ਰੀ ਨੂੰ ਵਿਜ਼ਿਟ ਕਰੋ, ਇੰਗਲਿਸ਼ ਟ੍ਰੀ ਨੂੰ ਥੋੜ੍ਹਾ ਜਿਹਾ ਮੌਕਾ ਦਿਉ ਅਤੇ ਇਹਨਾਂ ਦੇ ਸੇਵਾਵਾਂ ਲਵੋ, ਅਤੇ ਤੁਹਾਨੂੰ ਤੁਹਾਡਾ ਵੀਜ਼ਾ ਡੈਫੀਨੇਟਲੀ ਪ੍ਰਾਪਤ ਹੋਵੇਗਾ। ਸੋ ਸੁਖਪ੍ਰੀਤ, ਸੁਖਵੀਰ ਸਿੰਘ ਜੋ ਕਿ ਰਾਜਸਥਾਨ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਜ਼ੁਬਾਨੀ ਸੁਣੋ ਕਿ ਉਹਨਾਂ ਦਾ ਐਕਸਪੀਰੀਅੰਸ ਸਾਡੀ ਕੰਪਨੀ ਦੇ ਨਾਲ ਕਿਹੋ ਜਿਹਾ ਰਿਹਾ ਹੈਗਾ। ਹਾਈ ਫਰੈਂਡਸ, ਮੈਂ ਸੁਖਵੀਰ ਸਿੰਘ, ਮੈਂ ਰਾਜਸਥਾਨ ਤੋਂ ਬਿਲੋਂਗ ਕਰਦਾ। ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿਉਂਕਿ ਮੈਂ ਅੱਜ ਕਨੇਡਾ ਦਾ ਵੀਜ਼ਾ ਪ੍ਰਾਪਤ ਕਰ ਲਿਆ। ਇਹ ਸਭ ਕਰਕੇ ਸਰਾਂ ਡਾਕਟਰ ਜਸਵੀਰ ਸਰ ਦੀ ਬਦੌਲਤ ਆ, ਕਿਉਂ ਮੈਂ ਪਹਿਲਾਂ ਹੀ ਸਰ ਨੇ ਦੱਸ ਚੁੱਕਿਆ ਹੈ ਕਿ ਮੈਂ ਆਪਦੇ 3 ਔਰ 4 ਮਹੀਨੇ ਖਰਾਬ ਕਰ ਚੁੱਕਾ ਆਫਰ ਲੈਟਰ ਦੇ। ਮੈਂ ਆਪਦਾ ਪਹਿਲਾਂ ਆਫਰ ਲੈਟਰ ਅਪਲਾਈ ਕੀਤੀ ਸੀ ਆਪਦੇ ਜ਼ਿਲ੍ਹੇ ਤੋਂ, ਹਨੂਮਾਨਗੜ੍ਹ ਜ਼ਿਲ੍ਹੇ ਤੋਂ। ਉੱਥੋਂ ਦੇ ਏਜੰਟ ਨੇ ਮੇਰੀ ਘੱਟੋ ਘੱਟ 4 ਮਹੀਨੇ ਲਾਤਾ ਸੀ ਆਫਰ ਲੈਟਰ, ਪਰ ਮੇਰੀ ਆਫਰ ਲੈਟਰ ਨਹੀਂ ਆ ਰਹੀ ਸੀ। ਮੈਂ ਬਹੁਤ ਜ਼ਿਆਦਾ ਨਿਰਾਸ਼ ਸੀਗਾ, ਮੇਰੇ ਪੇਰੈਂਟਸ ਵੀ ਬਹੁਤ ਜ਼ਿਆਦਾ ਨਾਰਾਜ਼ ਸੀਗਾ। ਮੈਂ ਬਹੁਤ ਜ਼ਿਆਦਾ ਡਰ ਗਿਆ ਸੀਗਾ ਕਿ ਮੇਰਾ ਸੁਪਨਾ ਨਹੀਂ ਪੂਰਾ ਹੋਊਗਾ, ਮੈਂ ਨਹੀਂ ਕੈਨੇਡਾ ਵਿੱਚ ਨਹੀਂ ਪੜ੍ਹ ਸਕਦਾ। ਅਤੇ ਪਰ ਮੇਰੇ ਅੰਕਲ ਨੇ ਮੈਨੂੰ ਰੈਕਮੈਂਡ ਕੀਤਾ ਕਿ ਤੁਸੀਂ ਇੱਕ ਵਾਰੀ ਮੋਗੇ ਆਓ, ਇੰਗਲਿਸ਼ ਟ੍ਰੀ ਸੈਂਟਰ ਵਿਜ਼ਿਟ ਕਰੋ, ਅਤੇ ਉਹ ਸੈਂਟਰ ਬਹੁਤ ਵਧੀਆ। ਪਰ ਅਸੀਂ ਉਹਨਾਂ ਦੀ ਗੱਲ ਮੜ ਕੇ ਇੱਥੇ ਜ਼ਰੂਰ ਆਏ। ਜਦੋਂ ਅਸੀਂ ਇੱਥੇ ਆਏ ਉਹਨਾਂ ਦਾ ਸਟਾਫ ਬਹੁਤ ਜ਼ਿਆਦਾ ਕੋਆਪਰੇਟ ਸੀ ਸਾਡੇ ਨਾਲ, ਬਹੁਤ ਜ਼ਿਆਦਾ ਵਧੀਆ ਵੀ ਸੀਗਾ। ਅਤੇ ਅਸੀਂ ਡਾਕਟਰ ਜਸਵੀਰ ਸਰ ਨਾਲ ਮਿਲੇ ਸੀਗੇ ਅਤੇ ਉਹਨਾਂ ਨੇ ਸਾਨੂੰ ਸਭ ਕੁਝ ਦੱਸਿਆ ਕਿ ਵੀ ਤੁਹਾਡੀ ਫਾਈਲ ਲੱਗ ਜਾਏਗੀ, ਕਿਉਂ ਮੇਰਾ ਓਵਰਆਲ 65% ਸੀਗੇ ਪਲੱਸ ਟੂ ਦੇ ਕਲਾਸ ਵਿੱਚ, ਅਤੇ ਓਵਰਆਲ 6 ਬੈਂਡ ਲੈਸ ਦੈਨ 5 ਬੈਂਡ ਸੀ, ਜਿਸ ਕਰਕੇ ਮੇਰੀ ਆਫਰ ਲੈਟਰ ਨਹੀਂ ਆ ਰਹੀ ਸੀ। ਪਰ ਸਰਾਂ ਦੀ ਬਦੌਲਤ ਕਰਕੇ ਮੇਰੀ ਆਫਰ ਲੈਟ 4 ਦਿਨਾਂ ਵਿੱਚ ਆ ਗਈ ਸੀਗੀ। ਮੈਂ ਬਹੁਤ ਜ਼ਿਆਦਾ ਖੁਸ਼ ਸੀਗਾ ਕਿਉਂਕਿ ਜਿਹੜੀ ਆਫਰ ਲੈਟਰ 4 ਮਹੀਨੇ ਲੱਗ ਗਏ ਸੀਗੇ, ਇੰਨਾ ਸਮਾਂ ਬਹੁਤ ਖਰਾਬ ਕੀਤਾ, ਅਤੇ ਉਹ ਵੀ 4 ਦਿਨਾਂ ਵਿੱਚ ਆ ਗਈ। ਮੈਂ ਬਹੁਤ ਜ਼ਿਆਦਾ ਖੁਸ਼ ਸੀ। ਅਤੇ ਹੌਲੀ ਹੌਲੀ ਅਸੀਂ ਪ੍ਰੋਸੈਸ ਸਟਾਰਟ ਕੀਤਾ, ਵਿਦ ਇਨ ਮੰਥ ਕਿ ਆਈ ਗੋਟ ਮਾਈ ਕੈਨੇਡਾ ਵੀਜ਼ਾ। ਆਈ ਰੀਅਲੀ ਵੈਰੀ ਹੈਪੀ ਐਂਡ ਵੈਰੀ ਐਕਸਾਈਟ, ਆਈ ਡੂ ਅ ਲੋਟ ਆਫ ਥੈਂਕਫੁਲ ਮਾਈ ਸਰ। ਓਕੇ, ਸੋ ਦੋਸਤੋ, ਬੱਚਿਆਂ ਦੀ ਐਕਸਾਈਟਮੈਂਟ ਜਿਹੜੀ ਹੈਗੀ ਆ ਉਹ ਤੁਹਾਨੂੰ ਉਹਨਾਂ ਦੇ ਚਿਹਰੇ ਤੋਂ ਝਲਕ ਜਾਂਦੀ ਹੈਗੀ ਆ, ਕਿਉਂਕਿ ਜਿਹੜੇ ਬੱਚੇ ਆਲਰੇਡੀ 5-5, 6-6 ਮਹੀਨੇ ਤੋਂ ਨਿਰਾਸ਼ ਚੱਲ ਰਹੇ ਹੁੰਦੇ, ਜਦੋਂ ਉਹਨਾਂ ਨੂੰ ਆਫਰ ਲੈਟਰ ਮਿਲਦੀ ਹੈਗੀ ਆ ਤਾਂ ਆਫਰ ਲੈਟਰ ਦੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਕਿ ਸ਼ੁਕਰ ਹੈ ਕਿ ਸਾਨੂੰ ਕਿਸੇ ਕਾਲਜ ਨੇ ਐਕਸੈਪਟ ਕੀਤਾ ਵਾ। ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਹੈਗੇ ਹਾਂ, ਇਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਦਿੰਦੇ ਹੈਗੇ ਹਾਂ, ਕਿਉਂਕਿ ਇਹ ਹੁਣ ਕੈਨੇਡਾ ਜਾ ਰਹੇ ਹੈਗੇ ਆਪਣੀ ਸਟੱਡੀ ਦੇ ਲਈ, ਨਾਗਾ ਕਾਲਜ ਵਿੱਚ ਜਾ ਰਹੇ ਹੈਗੇ ਆ। ਅਤੇ ਜਿਹੜਾ ਬੱਚਾ ਯਾਨੀ ਕਿ ਇਸ ਵਕਤ ਇਹਦਾ ਨਿਰਾਸ਼ ਚੱਲ ਰਿਹਾ ਸੀਗਾ, ਜਿਹੜਾ ਕਿ ਅੱਜ ਤੋਂ 3-4 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਨਿਰਾਸ਼ ਚੱਲ ਰਹੇ ਸੀਗੇ ਕਿ ਸਾਨੂੰ ਸਾਡੀ ਆਫਰ ਲੈਟਰ ਨਹੀਂ ਮਿਲ ਰਹੀ ਹੈਗੀ ਗੀ, ਉਹਨਾਂ ਬੱਚਿਆਂ ਨੂੰ ਅੱਜ ਜਦੋਂ ਉਹਨਾਂ ਦਾ ਵੀਜ਼ਾ ਮਿਲਿਆ ਹੈਗਾ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ। ਐਕਸਾਈਟਮੈਂਟ ਤੁਹਾਨੂੰ ਸਾਫ਼ ਝਲਕ ਰਹੀ
ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਬੱਚੇ ਬੈਠੇ ਹੋਏ ਹੈਗੇ ਆ ਜਿਹਨਾਂ ਦੇ ਵੀਡੀਓਸ ਅਸੀਂ ਨਾਲ ਦੀ ਨਾਲ ਅਪਲੋਡ ਕਰ ਰਹੇ ਹੈਗੇ ਆ। ਸਾਰੇ ਬੱਚੇ ਜਿਹੜੇ ਕਿ ਜਿਹੜੇ ਇਸ ਵਕਤ ਕੈਨੇਡਾ ਜਾ ਰਹੇ ਆ, ਉਹਨਾਂ ਦੇ ਸਾਰੇ ਪਰਿਵਾਰਾਂ ਨੂੰ, ਉਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹੈਗੇ ਹਾਂ, ਕਿਉਂਕਿ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੈਗੇ ਆ, ਅਤੇ ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਉਹ ਜ਼ਿੰਦਗੀ 'ਚ ਸਕਸੈਸ ਹੋ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸਬਸਕ੍ਰਾਈਬ ਕਰਕੇ ਇਸ ਚੈਨਲ ਨੂੰ ਮੇਰਾ ਸ਼ੇਅਰ ਵੀ ਕਰੋ ਜਿੰਨਾ ਜ਼ਿਆਦਾ ਹੋ ਸਕੇ, ਵੀਡੀਓਸ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਬੱਚਿਆਂ ਤੱਕ ਮੇਰੀ ਆਵਾਜ਼ ਜਾ ਸਕੇ, ਉਹਨਾਂ ਬੱਚਿਆਂ ਤੱਕ ਇੰਗਲਿਸ਼ ਦੀਆਂ ਅਚੀਵਮੈਂਟ ਜਾ ਸਕਣ, ਜਿਹੜੇ ਬੱਚੇ ਇਸ ਵਕਤ ਘਰਾਂ ਦੇ ਵਿੱਚ ਨਿਰਾਸ਼ ਬੈਠੇ ਹੋਏ ਹੈਗੇ ਆ ਕਿ ਸਾਡੇ 6 ਨੋਟ ਲੈਸ ਦੈਨ 5.5 ਬੈਂਡ ਸਕੋਰ ਹੈਗੇ ਆ ਅਤੇ ਸਾਡੇ 50% ਬਿਲੋ ਸਕੋਰ ਹੈਗੇ ਆ, ਅਸੀਂ ਕੈਨੇਡਾ ਨਹੀਂ ਜਾ ਸਕਦੇ, ਕਿ ਉਹਨਾਂ ਬੱਚਿਆਂ ਲਈ ਵੀ ਆਸ ਦੀ ਨਵੀਂ ਕਿਰਨ ਇੰਗਲਿਸ਼ 'ਚ ਬਣ ਕੇ ਆਇਆ ਹੋਇਆ ਵਾ। ਤੁਹਾਡੇ ਸੁਪਨੇ ਅਸੀਂ ਸਾਕਾਰ ਕਰਾਂਗੇ। ਮੈਂ ਹਮੇਸ਼ਾ ਅਵੇਲੇਬਲ ਹੁੰਦਾ ਹੈਗਾ ਵਾ 12 ਤੋਂ 1 ਵਜੇ ਤੱਕ, ਹੁਣ ਮੈਂ ਮੋਗਾ ਵਿੱਚ ਬੈਠਦਾ ਹੈਗਾ, ਉਸ ਤੋਂ ਬਾਅਦ ਮੈਂ ਬਾਘਾ ਪੁਰਾਣਾ ਇੰਸਟੀਟਿਊਟ 'ਚ ਬੈਠਦਾ ਹੈਗਾ ਵਾ, ਤਾਂ ਕਿ ਮੈਂ ਸਭ ਲੋਕਾਂ ਨੂੰ ਮਿਲ ਸਕਾਂ, ਸਭ ਦੀਆਂ ਜੋ ਕੁਐਰੀਜ਼ ਹੈਗੀਆਂ ਵਾ ਮੈਂ ਕਲੀਅਰ ਕਰ ਸਕਾਂ, ਕਿਉਂਕਿ ਮੈਂ ਪਰਸਨਲੀ ਸਭ ਨੂੰ ਮਿਲਦਾ ਹੈਗਾ। ਤੁਸੀਂ ਮੈਨੂੰ ਕਾਲ ਕਰਕੇ ਆਓ, ਅਪੋਇੰਟਮੈਂਟਸ ਲੈ ਕੇ ਆਓ, ਉਹਦੇ ਵਿੱਚੋਂ ਮੈਂ ਤੁਹਾਨੂੰ ਜਿਹੜਾ ਟਾਈਮ ਦਿੱਤਾ ਹੋਏਗਾ ਮੈਂ ਉਹਨੂੰ ਉਸ ਟਾਈਮ ਦੇ ਉੱਤੇ ਮੈਂ ਡੈਫੀਨੇਟਲੀ ਤੁਹਾਨੂੰ ਮੈਂ ਮਿਲੂੰਗਾ। ਕੋਈ ਵੀ ਬੱਚਾ ਯਾਨੀ ਕਿ ਜਾਂ ਕੋਈ ਵੀ ਪੇਰੈਂਟਸ ਮੇਰੇ ਕੋਲ ਇੱਥੋਂ ਨਿਰਾਸ਼ ਨਹੀਂ ਜਾਂਦੇ ਹੈਗੇ, ਕਿ ਇਹ ਉਸ ਵਾਹਿਗੁਰੂ ਦੀ ਮਿਹਰ ਹੈਗੀ ਹੈ ਕਿ ਅਸੀਂ ਸਭ ਬੱਚਿਆਂ ਦੇ ਸੁਪਨੇ ਸਾਕਾਰ ਕਰ ਰਹੇ ਹਾਂ। ਸੋ ਨੈਕਸਟ ਵੀਡੀਓਸ ਦੇ ਵਿੱਚ ਮਿਲੂੰਗਾ ਨਵੇਂ ਬੱਚਿਆਂ ਦੇ ਨਾਲ, ਕਿਉਂਕਿ ਹੁਣ ਨੈਕਸਟ ਵੀਡੀਓ ਜਿਹੜੀ ਹੈਗੀ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹੈਗੇ ਹਾਂ, ਤਾਂ ਕਿ ਇੰਗਲਿਸ਼ ਦੇ ਅਚੀਵਮੈਂਟਸ ਜਿਹੜੀਆਂ ਹੈਗੀਆਂ ਵਾ ਉਹ ਅਸੀਂ ਸਾਰੇ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ, ਅਸੀਂ ਆਸੇ ਪਾਸੇ ਸ਼ਹਿਰਾਂ ਦੇ ਵਿੱਚ ਵੀ ਪਹੁੰਚਾਈਏ, ਜਿਹੜੇ ਰਾਜਸਥਾਨ ਜਿਵੇਂ ਬੱਚੇ ਸਾਡੇ ਕੋਲ ਰਾਜਸਥਾਨ ਤੋਂ ਆਇਆ ਹੋਇਆ ਵਾ, ਦੂਰੋਂ ਦੂਰੋਂ ਸਾਡੇ ਕੋਲ ਚੱਲ ਕੇ ਆ ਰਹੇ ਹੈਗੇ ਆ। ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਕਿ ਇੰਨੀ ਦੂਰੋਂ ਸਾਡੇ ਕੋਲ ਚੱਲ ਕੇ ਆਏ ਅਤੇ ਅਸੀਂ ਉਹਨਾਂ ਨੂੰ ਸੁਪਨਾ ਸਾਕਾਰ ਕੀਤਾ। ਸੋ ਮਿਲਦੇ ਰਹਾਂਗੇ ਨਵੀਂ ਵੀਡੀਓ ਦੇ ਨਾਲ, ਜਿਹੜੀ ਹੁਣ ਸ਼ੂਟ ਕਰਨ ਜਾ ਰਹੀ ਹੈਗੀ ਆ ਰਣਜੋਤ ਸ਼ਰਮਾ ਦੀ ਵੀਡੀਓ ਸ਼ੂਟ ਹੋਣ ਜਾ ਰਹੀ ਹੈਗੀ ਆ, ਕਿਉਂਕਿ ਉਸ ਬੱਚੇ ਦਾ ਵੀ ਵੀਜ਼ਾ ਆ ਚੁੱਕਾ ਹੈਗਾ ਵਾ ਅਤੇ ਉਹ ਵੀ ਹੁਣ ਮੇਰੇ ਕੋਲ ਵਸਾਉਣ ਵਾਲੇ ਆ, ਅਤੇ ਨਵੀਂ ਵੀਡੀਓਜ਼ ਦੇ ਨਾਲ ਹੀ ਮੈਂ ਮਿਲੂੰਗਾ। ਧੰਨਵਾਦ।